ਮੈਂ ਆਪਣੇ ਪੱਤਰ ਤੇ ਉਹਨਾਂ ਦੀ ਲਿਸਟ ਬਣਾ ਕੇ ਮੈਂ ਉਹ ਸਰਕਾਰ ਨਾਲ ਤੇ ਸੌਂਪ ਦੇਣੀ ਹੈ ਤਾਂ ਕਿ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ। ਇਹਨਾਂ ਗੱਲਾਂ ਇਹ ਮੈਡਮ ਜੀ ਨੇ ਦੱਸੀਆਂ ਇਤੋਂ ਵੀ ਵਿਗੜਿਆ ਹੋਇਆ ਹਾਲ ਸੀ ਉਹ ਹਿਮਾਚਲ ਦਾ ਕੋਈ ਵਧੀਆ ਹਾਲ ਨਹੀਂ ਸੀ ਇਤੋਂ ਤਾਂ ਮੇਰਾ ਕਹਿਣ ਤੋਂ ਭਾਵ ਇਹਨਾਂ ਫੌਜਾਂ ਨਾਲ ਹੀ ਕੰਮ ਕਰਨਾ ਆਪਾਂ ਸਾਰਾ ਇਹਨਾਂ ਇਹ ਸਥਿਤੀ 'ਚ ਹੀ ਕੰਮ ਕਰਨਾ ਪੇਰੈਂਟਸ ਨੂੰ ਆਪਾਂ ਲਾ ਦਈਏ ਵੀ ਤੁਸੀਂ ਬੱਚਿਆਂ ਨੂੰ ਜੀ ਆਹ ਮੋਟੀਵੇਟ ਕਰੋ ਬੱਚਿਆਂ ਦੀਆਂ ਨੋਟਬੁੱਕਸ ਦੇਖੋ ਇਲੀਟੇਟ ਪੇਰੈਂਟਸ ਨੇ ਉਹ ਤਾਂ ਇਹ ਸਾਰਾ ਕੁਝ ਉੱਥੇ ਵੀ ਹੈ ਜੇ ਉੱਥੇ ਅਸੀਂ 2000 ਸਕੂਲ 'ਚ ਕੋਈ ਕਾਮਯਾਬੀ ਹਾਸਲ ਕਰ ਸਕਦੇ ਹਾਂ। ਪ੍ਰਾਇਮਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੜ੍ਹੋ ਪੰਜਾਬ ਸਕੀਮ ਅਧੀਨ ਜ਼ਿਲ੍ਹਾ ਪੱਧਰ ਦੀਆਂ ਇੱਕ ਕਮੇਟੀਆਂ ਬਣਾਈਆਂ ਗਈਆਂ ਜਿਹਨੂੰ ਅਸੀਂ ਡਿਸਟ੍ਰਿਕਟ ਮੈਨੇਜਮੈਂਟ ਯੂਨਿਟ ਦਾ ਨਾਂ ਦਿੱਤਾ। ਇਹ ਡਿਸਟ੍ਰਿਕਟ ਮੈਨੇਜਮੈਂਟ ਯੂਨਿਟ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਐਲੀਮੈਂਟਰੀ ਸਾਰੇ BPO ਸਾਹਿਬਾਨ ਇਹਦੇ ਵਿੱਚ ਦੋ ਸ਼ਹਿਰ ਦੀਆਂ ਜਾਂ ਮੁਕਤਸਰ ਜ਼ਿਲ੍ਹੇ ਦੀਆਂ ਉਹਦੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਕੋਈ ਅਕੈਡੈਮਿਕ ਪੱਖੋਂ ਕਾਫੀ ਯੋਗਦਾਨ ਹੋਵੇ ਉਹ ਇੱਕ ਪ੍ਰਥਮ ਇੱਕ NGO ਹੈ ਜਿਹੜੀ ਕਿ ਇੱਕ ਤਰ੍ਹਾਂ ਦੀ ਨੈਸ਼ਨਲ ਲੈਵਲ ਦੀ NGO ਹੈ ਉਹਦੇ ਦੋ ਕਰਮਚਾਰੀ ਹੋਣਗੇ। ਉਹਨਾਂ ਸਾਰਿਆਂ ਦੀ ਰਲ ਕੇ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਪ੍ਰਾਇਮਰੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਇਹ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਅੱਜ 21 ਤਰੀਕ ਨੂੰ ਇੱਥੇ ਇੱਕ ਮੀਟਿੰਗ ਬੁਲਾਈ ਗਈ ਹੈ ਜਿਹਦੇ ਵਿੱਚ ਸਾਰੇ ਮੈਂਬਰ ਸਾਹਿਬਾਨ ਭਾਗ ਲੈ ਰਹੇ ਹੈ ਸਾਡੇ ਸਾਰੇ ਸਰਵ ਸਿੱਖਿਆ ਅਧੀਨ ਕੰਮ ਕਰਦੇ ਕਰਮਚਾਰੀ DRPs BRPs ਜ਼ਿਲ੍ਹਾ ਕੋਆਰਡੀਨੇਟਰ ਸਾਰੇ ਹੋਰ ਕੁਛ ਅਸੀਂ ਅਧਿਆਪਕ ਵੀ ਫੀਲਡ ਵਿੱਚੋਂ ਬੁਲਾਏ ਹੈ ਤਾਂ ਕਿ ਬੜੇ ਸੋਹਣੇ ਤਰੀਕੇ ਨਾਲ ਇਹ ਜਿਹੜਾ ਇਹ ਮੈਸੇਜ ਆ ਜਿਹੜਾ ਇਸ ਸਕੀਮ ਦਾ ਫੀਲਡ ਵਿੱਚ ਜਾਵੇ। ਇਹ ਮੈਸੇਜ ਤੋਂ ਸਾਡਾ ਕੀ ਭਾਵ ਹੈ ਜਿਹੜਾ ਕਿ ਸਾਡਾ ਪੜ੍ਹਾਈ ਦਾ ਪੱਧਰ ਗਿਰ ਚੁੱਕਿਆ ਅਸੀਂ ਚਾਹੁੰਦੇ ਹਾਂ ਵੀ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕਰੀਏ ਅਸੀਂ ਸਾਰੇ ਹੰਭਲਾ ਮਾਰੀਏ ਵੀ ਇਹ ਅਸੀਂ ਪੜ੍ਹਾਈ ਦਾ ਪੱਧਰ ਉੱਚਾ ਚੁੱਕੀਏ ਔਰ ਜਾ ਕੇ ਜਿਹੜੇ ਇਹ ਆਪਣੀਆਂ ਸਰਕਾਰੀ ਸੰਸਥਾਵਾਂ ਵਿੱਚ ਇਹ ਗਰੀਬ ਬੱਚਾ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਪੜ੍ਹ ਰਹੇ ਹੈ ਉਹਨਾਂ ਦਾ ਪੜ੍ਹਾਈ ਦਾ ਸਤਰ ਵੀ ਜਿਹੜਾ ਉੱਚਾ ਚੁੱਕ ਸਕੀਏ ਅਤੇ ਜਦੋਂ ਆਪਣਾ ਇਹ ਪੜ੍ਹਾਈ ਦਾ ਸਤਰ ਉੱਚਾ ਚੁੱਕਿਆ ਗਿਆ ਤਾਂ ਆਪਣੇ ਆਪ ਜਿਹੜੇ ਪ੍ਰਾਈਵੇਟ ਸਕੂਲਾਂ 'ਚੋਂ ਜਿਹੜਾ ਬੱਚੇ ਹਟ ਕੇ ਅਤੇ ਆਪਣੇ ਸਕੂਲਾਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਔਰ ਮੈਨੂੰ ਪੂਰਾ ਯਕੀਨ ਹੈ ਔਰ ਜਿਹੜੀ ਇਹ ਸਕੀਮ ਹੈ ਬਿਲਕੁਲ ਕਾਮਯਾਬ ਹੈ ਔਰ ਸਾਡੇ ਸਾਰੇ ਅਧਿਆਪਕ ਸਾਰੇ ਅਧਿਕਾਰੀਗਣ ਵੀ ਸਾਡਾ ਬੜਾ ਸਹਿਯੋਗ ਦੇ ਰਹੇ ਨੇ ਔਰ ਬਿਲਕੁਲ ਇਹ ਅਸੀਂ 1 ਸਾਲ ਦੇ ਵਿੱਚ ਕੋਈ ਨਾ ਕੋਈ ਅਸੀਂ ਅੱਛੇ ਨਤੀਜੇ ਕੱਢ ਕੇ ਦਿਖਾਉਂਦੇ। ਥੈਂਕ ਯੂ ਸਰ। ਮਕਸਦ ਇਹ ਹੈ ਕਿ ਜਿਹੜਾ ਸਾਡਾ ਨਕੀ ਨੌਰ ਜਿਹੜਾ ਦਾ ਬੱਚਾ ਹੈ ਇਹਨੂੰ ਅਸੀਂ ਸਟੋਰੀ ਤੇ ਲੈ ਕੇ ਆ ਤਾਂ ਕਿ ਉਹ ਬੱਚਾ ਸੰਗਾਰ ਜਿਹੜਾ ਬੱਚੇ ਇਹ ਪੰਜਾਬ ਦੀ ਹੈ ਜੋ ਸਾਨੂੰ ਗੌਰਵ ਸਿੰਘ ਗਿੱਲ ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਜ ਜੋ ਸੈਮੀਨਾਰ ਪੰਜਾਬ ਪੜ੍ਹੋ ਅਤੇ ਉਦੇਸ਼ ਨਾਲ ਸ਼ੁਰੂ ਹੋਇਆ ਹੈ ਉਹਦੇ ਵਿੱਚ ਜੋ ਅੱਜ ਹਮਲਾ ਮਾਰਿਆ ਮੈਂ ਤਾਂ ਪੰਜਾਬ ਵਾਸਤੇ ਭਾਗਾ ਭਰਿਆ ਦਿਨ ਗਿਣਦਾ ਜਦੋਂ ਕਿ ਵਿੱਦਿਆ ਵਿੱਚ ਉਹਦੇ ਵਿੱਚ ਜੋ ਤਰੁੱਟੀਆਂ ਉਹਨਾਂ ਨੂੰ ਦੂਰ ਕਰਨ ਲਈ ਉਪਰਾਲਾ ਸਮਾਜ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਜੋ ਸ਼ੁਰੂ ਕੀਤਾ ਗਿਆ ਗੌਰਮੈਂਟ ਨੇ ਸਾਨੂੰ ਟੀਚਰ ਦਿੱਤੇ ਆ ਬਿਲਡਿੰਗਸ ਦਿੱਤੀਆਂ ਸਾਨੂੰ ਅਜਾ ਹੋਰ ਸੁਵਿਧਾਵਾਂ ਸਭ ਕਰੋੜਾਂ ਰੁਪਇਆ ਲਾ ਕੇ ਦਿੱਤੀਆਂ ਜੋ ਲੋੜ ਹੈ ਨਾ ਇੱਥੇ ਉਹਨਾਂ ਸਾਰੇ ਟੀਚਰਸ ਨੂੰ ਉਹਨਾਂ ਅਧਿਆਪਕਾਂ ਨੂੰ ਅਤੇ ਜਿਹੜੇ ਵਿਦਿਆਰਥੀ ਹੈ ਉਹਨਾਂ ਵਿੱਚ ਤੀਬਰਤਾ ਲਿਆਉਣ ਲਈ ਉਹਨਾਂ ਵਿੱਚ ਥੋੜ੍ਹੀ ਜਿਹੀ ਉਤਸ਼ਾਹ ਲਿਆਉਣ ਲਈ ਇਹ ਸੰਸਥਾ ਜਿਹੜੇ ਕੰਮ ਕਰ ਰਹੀ ਹੈ ਇਹ ਬੜਾ ਹੀ ਬੜਾ ਸੋਹਣਾ ਹੈ। ਇੱਕ ਗੱਲ ਮੈਂ ਮੇਰੇ ਸਾਹਮਣੇ ਜ਼ਰੂਰ